सत श्री अकाल जी, मैं हाँ संसारदीप सिंह, तुसी देख रहे हो प्राइड पंजाब टीवी। असी क्योंकि अज पंजाब सरकार वालों स्कूलों नू जिहड़े फस्ट सैकेंड और थर्ड दे जिहड़े स्कूल ने उन्हां नू खोलण दी जिहड़ी इजाजता वो दे दित्ती गई आ, उस कड़ी दे विच असी प्रबंधां दा जायजा लेण वास्ते पहलां थोनू दिखाया असी ने डी ए वी पब्लिक स्कूल दे प्रबंध, उत्थे दे प्रिंसीपल साहब नाल भी गल कीती। ते हुण असीं पहुंचे हां जी पिंड चरनाथल खुरद दे सरकारी एलीमेंटरी स्कूल दे विच, इत्थे दे प्रबंधां दा जिहड़ा जायजा लेण दे लई असीं इत्थे पहुंचे कि इत्थां दे किद्दां दी सेफ्टी प्रिकॉशनस जिहड़ियां लईआं जा रहीआं ने, बच्चियां नूं लेके माँ बाप की कहिंदे ने। प्रिंसीपल साहब दे नाल आपां गल्लबात करन दी कोशिश करदे हां। आओ जी चलदे हां इस स्कूल दे प्रिंसीपल साहब दे कोल। आओ जी गल करदे हां इस स्कूल दे प्रिंसीपल साहब दे नाल। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਸੁਖਜਿੰਦਰ ਕੁਮਾਰ ਹੈ ਜੀ, ਅਤੇ ਮੈਂ ਇੱਥੇ ਬਤੌਰ ਸੈਂਟਰ ਹੈੱਡ ਟੀਚਰ ਕੰਮ ਕਰਦਾ ਜੀ। ਅਤੇ ਸੁਖਜਿੰਦਰ ਜੀ ਤੋਂ ਅਸੀਂ ਜਾਣਦੇ ਹਾਂ ਸਰ, ਇੱਥੇ ਜਿਹੜਾ ਅੱਜ ਸਕੂਲ ਪੰਜਾਬ ਸਰਕਾਰ ਵੱਲੋਂ ਇਜਾਜ਼ਤ ਜਿਹੜੀ ਛੋਟੇ ਬੱਚਿਆਂ ਦੇ ਸਕੂਲ ਜਿਹੜੀ ਦਿੱਤੀ ਗਈ ਹੈ ਇਜਾਜ਼ਤ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਬੱਚਿਆਂ ਦੀ ਅਟੈਂਡੈਂਸ ਕਿੰਨੇ ਕੁ ਮਤਲਬ ਘੱਟ ਆ ਜਾਂ ਪ੍ਰੋਪਰ ਬੱਚੇ ਆਪਣੇ ਫੁੱਲ ਅਟੈਂਡੈਂਸ ਦੇ ਵਿੱਚ ਪਹੁੰਚੇ ਨੇ ਅੱਜ? ਹਾਂਜੀ, ਅਤੇ ਇਹਦੇ ਬਾਰੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਅੱਜ ਆਪਣੀ ਸਰਕਾਰ ਵੱਲੋਂ ਸਕੂਲ ਖੋਲ੍ਹੇ ਗਏ ਨੇ, ਹਾਂਜੀ ਲਗਭਗ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਹੁਣ ਸਾਰੇ ਹੀ ਸਕੂਲ ਓਪਨ ਹੋ ਚੁੱਕੇ ਨੇ ਅੱਜ ਜੀ। ਅਤੇ ਸਾਡੇ ਕੋਲ ਪਹਿਲਾਂ ਤੀਸਰੀ ਤੋਂ ਲੈ ਕੇ ਪੰਜਵੀਂ ਤੱਕ ਤਾਂ ਬੱਚੇ ਆ ਹੀ ਰਹੇ ਸੀਗੇ ਜੀ, ਪਰ ਅੱਜ ਪ੍ਰੀ ਪ੍ਰਾਇਮਰੀ ਤੋਂ ਪਹਿਲੀ ਦੂਜੀ ਦੇ ਬੱਚੇ ਵੀ ਸਾਡੇ ਪਾਸ ਪਹੁੰਚੇ ਨੇ ਜੀ। ਅਤੇ ਸਰ ਜੋ ਮਤਲਬ ਬੱਚੇ ਪਹੁੰਚੇ ਨੇ ਉਹਨਾਂ ਦੇ ਪੇਰੈਂਟਸ ਤੋਂ ਪਹਿਲਾਂ ਕੁਝ ਲਿਖਤੀ ਪਰਮਿਸ਼ਨ ਜਿਹੜੀ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਅਕੋਰਡਿੰਗ ਜਿਹੜੀ ਲਈ ਗਈ ਹੈ ਜਾਂ ਨਹੀਂ? ਹਾਂਜੀ ਹਾਂਜੀ ਬਿਲਕੁਲ ਜੀ, ਇਸ ਦੇ ਸੰਬੰਧ ਦੇ ਵਿੱਚ ਪਹਿਲਾਂ ਅਸੀਂ ਸਾਰੇ ਪੇਰੈਂਟਸ ਦੀ ਮੀਟਿੰਗ ਵੀ ਬੁਲਾਈ ਗਈ ਸੀਗੀ, ਉਹਨਾਂ ਨੂੰ ਸਾਰੀਆਂ ਜਿਹੜੀਆਂ ਗਾਈਡਲਾਈਨਸ ਵਿਭਾਗ ਵੱਲੋਂ ਸਾਨੂੰ ਪ੍ਰਾਪਤ ਹੋਈਆਂ ਸੀਗੀਆਂ ਉਹ ਸਾਰੀਆਂ ਦੱਸੀਆਂ ਗਈਆਂ, ਅਤੇ ਉਹਨਾਂ ਤੋਂ ਜਿਹੜਾ ਹੈਗਾ ਇੱਕ ਲਿਖਤੀ ਅਸੀਂ ਪਰਮਿਸ਼ਨ ਵੀ ਲਿੱਤੀ ਹੈ, ਅਤੇ ਸਾਰੇ ਪੇਰੈਂਟਸ ਨੇ ਇਸ ਦੇ ਉੱਤੇ ਬੜੀ ਖੁਸ਼ੀ ਜ਼ਾਹਿਰ ਕੀਤੀ ਹੈ। ਸਕੂਲ ਖੁੱਲ੍ਹੇ ਨੇ, ਉਹਨਾਂ ਪੇਰੈਂਟਸ ਨੂੰ ਵੀ ਬੜੀ ਖੁਸ਼ੀ ਇਸ ਦੇ ਬਾਰੇ 'ਚ ਹੋਈ ਹੈ ਕਿ ਚਲੋ ਬਹੁਤ ਟਾਈਮ ਹੋ ਗਿਆ, ਬੱਚੇ ਜਿਹੜੇ ਹੈਗੇ ਸੀ ਘਰ ਪੂਰੀ ਤਰ੍ਹਾਂ ਬੌਂਡ ਹੋ ਗਏ ਸੀਗੇ, ਪੜ੍ਹਾਈ ਤੋਂ ਦੂਰ ਹੋ ਗਏ ਸੀਗੇ, ਅਤੇ ਇਸ ਦੇ ਲਈ ਇਹ ਇੱਕ ਬਹੁਤ ਹੀ ਸਵਾਗਤਯੋਗ ਜਿਹੜਾ ਕਦਮ ਹੈ ਸਰਕਾਰ ਵੱਲੋਂ ਚੱਕਿਆ ਗਿਆ, ਅਤੇ ਸਾਰਿਆਂ ਨੇ ਬੜਾ ਹੀ ਇਸਦਾ ਵੈਲਕਮ ਕੀਤਾ ਜੀ। ਅਤੇ ਸਰ ਇਸ ਸਕੂਲ ਖੋਲ੍ਹਣ ਤੋਂ ਪਹਿਲਾਂ ਜਿਹੜੀ ਔਨਲਾਈਨ ਪੜ੍ਹਾਈ ਜਿਹੜੀ ਚੱਲ ਰਹੀ ਸੀ, ਕੀ ਹੁਣ ਉਹ ਅੱਗੇ ਜਾਰੀ ਰਹੂਗੀ ਜਾਂ ਹੁਣ ਸਾਰੇ ਬੱਚਿਆਂ ਨੂੰ ਸਕੂਲ ਆਉਣਾ ਜਿਹੜਾ ਕੰਪਲਸਰੀ ਆ? ਦੇਖੋ ਇਹ ਵੈਸੇ ਇੱਕ ਉੱਚ ਪੱਧਰ ਦਾ ਇੱਕ ਸਵਾਲ ਹੈਗਾ ਤੁਹਾਡਾ, ਜੋ ਸਾਡੇ ਉੱਚ ਅਧਿਕਾਰੀ ਹੀ ਇਸ ਦੇ ਸੰਬੰਧ ਵਿੱਚ ਤੁਹਾਨੂੰ ਉਚਿਤ ਜਾਣਕਾਰੀ ਦੇ ਸਕਦੇ ਹਾਂ, ਪਰ ਅਸੀਂ ਦੋਨੋਂ ਤਰੀਕੇ ਦੇ ਨਾਲ ਤਿਆਰ ਹਾਂ ਜੀ। ਅਸੀਂ ਔਫਲਾਈਨ ਵੀ ਹੁਣ ਪੜ੍ਹਾਈ ਜਿਹੜੇ ਬੱਚੇ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਨੂੰ ਪ੍ਰੋਪਰ ਕਰਾ ਰਹੇ ਹਾਂ, ਅਤੇ ਸਾਡੀ ਜਿਹੜੀ ਔਨਲਾਈਨ ਪੜ੍ਹਾਈ ਹੈ ਉਹ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਤੋ ਤੁਸੀਂ ਸੁਣ ਰਹੇ ਸੀ ਇਸ ਸਕੂਲ ਦੇ ਹੈੱਡ ਨੂੰ, ਜਿਨ੍ਹਾਂ ਦਾ ਕਹਿਣਾ ਕਿ ਔਨਲਾਈਨ ਪੜ੍ਹਾਈ ਵੀ ਜਿਹੜੀ ਨਾਲ ਦੀ ਨਾਲ ਔਫਲਾਈਨ ਸਟੱਡੀ ਦੇ ਨਾਲ ਉਹ ਜਾਊਗੀ। ਅਤੇ ਸਰ ਇੱਥੇ ਕਿਉਂਕਿ ਸੈਨੇਟਾਈਜ਼ਰ ਅੱਜ ਦੇ ਟਾਈਮ ਦੇ ਵਿੱਚ ਇੱਕ ਬਹੁਤ ਅਹਿਮ ਕੜੀ, ਸਪੈਸ਼ਲੀ ਬੱਚਿਆਂ ਨੂੰ ਦੇਖਦੇ ਹੋਏ, ਉਸ ਤਰ੍ਹਾਂ ਦੇ ਕਿੱਦਾਂ ਤੁਸੀਂ ਸੇਫਟੀ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਇਸ ਸਕੂਲ ਦੇ ਵਿੱਚ ਕੀਤੇ ਨੇ? ਹਾਂਜੀ ਹਾਂਜੀ, ਜਿਵੇਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਕੁਛ ਗਾਈਡਲਾਈਨਸ ਜਿਹੜੀਆਂ ਹੈਗੀਆਂ ਵਿਭਾਗ ਵੱਲੋਂ ਸਾਨੂੰ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਸੀਗੀਆਂ ਕਿ ਸਕੂਲ ਨੂੰ ਖੋਲ੍ਹਣ ਤੋਂ ਪਹਿਲਾਂ ਜਿਹੜੀਆਂ ਅਸੀਂ ਕੀ ਪ੍ਰਿਕੋਸ਼ਨ ਰੱਖਣੇ ਨੇ ਜਿਹੜੀਆਂ ਉਹ ਸਾਰੀਆਂ ਅਸੀਂ ਮਤਲਬ ਪੂਰੀਆਂ ਕੀਤੀਆਂ ਨੇ, ਅਤੇ ਉਹ ਮੈਂ ਤੁਹਾਨੂੰ ਥੋੜ੍ਹਾ ਦਿਖਾਉਣਾ ਵੀ ਚਾਹਾਂਗਾ ਕਿ ਜਿਵੇਂ ਹੀ ਸਕੂਲ ਦੀ ਐਂਟਰੀ 'ਤੇ ਹੀ ਅਸੀਂ ਜਦੋਂ ਵੀ ਬੱਚਾ ਸਕੂਲ ਦੇ ਵਿੱਚ ਐਂਟਰ ਕਰਦਾ ਜਾਂ ਕੋਈ ਵੀ ਬਾਹਰੋਂ ਕੋਈ ਵੀ ਪਰਸਨ ਐਂਟਰ ਕਰਦਾ, ਤਾਂ ਉਸਦੇ ਲਈ ਅਸੀਂ ਬਕਾਇਦਾ ਮਤਲਬ ਸੈਨੇਟਾਈਜ਼ਰ ਦਾ ਇਹ ਪ੍ਰਬੰਧ ਕੀਤਾ ਹੋਇਆ ਕਿ ਸਭ ਤੋਂ ਪਹਿਲਾਂ ਬੱਚਾ ਆਏਗਾ ਤਾਂ ਉਹ ਪਹਿਲਾਂ ਆਪਣੇ ਹੈਂਡ, ਜਾਂ ਕੋਈ ਵੀ ਬਾਹਰੋਂ ਕੋਈ ਵੀ ਪੇਰੈਂਟਸ ਆਵੇ ਉਸ ਲਈ ਜ਼ਰੂਰੀ ਹੈ ਕਿ ਪਹਿਲਾਂ ਉਹ ਆਪਣੇ ਹੈਂਡ ਸੈਨੇਟਾਈਜ਼ ਕਰੇ। ਅਤੇ ਦਰਸ਼ਕੋ ਤੁਸੀਂ ਦੇਖਿਆ ਕਿ ਇਸ ਸਕੂਲ ਦੇ ਵਿੱਚ ਹੈਂਡ ਸੈਨੇਟਾਈਜ਼ਰ ਦਾ ਵੀ ਪੂਰਾ ਪ੍ਰਬੰਧ ਜਿਹੜਾ ਕੀਤਾ ਗਿਆ, ਜਿੱਦਾਂ ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਪਹਿਲਾਂ ਹੀ ਦੱਸਿਆ ਕਿ ਜਿਹੜੀਆਂ ਸਰਕਾਰੀ ਗਾਈਡਲਾਈਨਸ ਨੇ ਉਹਨਾਂ ਦਾ ਪਾਲਣ ਪੂਰੇ ਤਰੀਕੇ ਦੇ ਨਾਲ ਜਿਹੜਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਆ। ਅਤੇ ਹੁਣ ਆਪਾਂ ਪ੍ਰਿੰਸੀਪਲ ਸਾਹਿਬ ਦੇ ਨਾਲ ਜਾਵਾਂਗੇ ਕੋਈ ਬੱਚਿਆਂ ਦੀਆਂ ਕਲਾਸਿਸ ਦੇ ਵਿੱਚ, ਅਤੇ ਆਓ ਜੀ ਚੱਲਦੇ ਹਾਂ ਹੁਣ ਬੱਚਿਆਂ ਦੇ ਕੋਲ ਉਹਨਾਂ ਦੀਆਂ ਕਲਾਸਿਸ ਦੇ ਵਿੱਚ। ਅਸੀਂ ਪਹੁੰਚ ਰਹੇ ਹਾਂ ਜੀ ਹੁਣ ਬੱਚਿਆਂ ਦੇ ਕੋਲ ਕਲਾਸਿਸ ਦੇ ਵਿੱਚ ਇੱਥੇ, ਕਿਉਂਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਅੱਜ ਦੇ ਟਾਈਮ 'ਚ ਇੱਕ ਬਹੁਤ ਅਹਿਮ ਕੜੀ ਇਸ ਬਿਮਾਰੀ ਦੇ ਦੌਰ ਦੇ ਵਿੱਚ ਜਿਹੜੀ ਬਣ ਚੁੱਕੀ ਆ, ਆਓ ਜੀ ਦੇਖਦੇ ਹਾਂ ਇਸ ਸਕੂਲ ਦੇ ਬੱਚਿਆਂ ਪ੍ਰਤੀ ਕੀਤੇ ਗਏ ਪ੍ਰਬੰਧ। ਹਾਂਜੀ, ਇਹ ਸਾਡਾ ਪ੍ਰੀ ਪ੍ਰਾਇਮਰੀ ਕਲਾਸਿਸ ਦਾ ਸਮਾਰਟ ਕਲਾਸਰੂਮ ਹੈ, ਇੱਥੇ ਛੋਟੇ ਬੱਚਿਆਂ ਨੂੰ ਅਸੀਂ ਮਤਲਬ ਬਿਠਾਇਆ ਹੋਇਆ ਜੀ, ਇਹ ਇਹਨਾਂ ਦਾ ਕਲਾਸਰੂਮ ਹੈ।
ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਖਿਆਲ ਆ ਇਸ ਸਕੂਲ ਦੇ ਵਿੱਚ ਕੀਤਾ ਗਿਆ। ਚਲੋ ਬੱਚੇ ਜਿਹੜੀ ਮਾਸਕ ਦੀ ਗੱਲ ਆ, ਬੱਚੇ ਛੋਟੇ ਨੇ ਉਹ, ਕਿਉਂਕਿ ਇਹ ਇਹਨਾਂ ਦੇ ਪ੍ਰੋਪਰ ਸੈਨੇਟਾਈਜ਼ਰ ਇਹਨਾਂ ਨੂੰ ਕੀਤਾ ਗਿਆ ਸਕੂਲ ਦੇ ਵਿੱਚ ਐਂਟਰੀ ਤੋਂ ਪਹਿਲਾਂ, ਇਸ ਕਰਕੇ ਬੱਚੇ ਥੋੜ੍ਹਾ ਕਾਣਤ ਜਿਹੜੀ ਮਾਸਕ ਤੋਂ ਮੰਨਦੇ ਨੇ। ਅਤੇ ਸਾਡੇ ਨਾਲ ਇਸੇ ਕਲਾਸ ਦੇ ਜਿਹੜੇ ਮੈਡਮ ਨੇ ਉਹ ਸਾਡੇ ਨਾਲ ਮੌਜੂਦ ਨੇ, ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਸਾਡੇ ਨਾਲ ਇਸ ਕਲਾਸ ਦੇ ਜਿਹੜੇ ਮੈਡਮ ਨੇ ਉਹ ਮੌਜੂਦ ਨੇ, ਆਓ ਜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਡਮ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਡਮ ਤੁਹਾਡਾ ਨਾਮ ਕੀ ਹੈ ਜੀ? ਰਮਨਦੀਪ ਕੌਰ। ਰਮਨ ਮੈਮ, ਅੱਜ ਕਾਫੀ ਟਾਈਮ ਦੇ ਬਾਅਦ, ਤਕਰੀਬਨ 8-9 ਮਹੀਨਿਆਂ ਦੇ ਬਾਅਦ ਜਿਹੜੇ ਸਕੂਲ ਨੇ ਓਪਨ ਹੋਏ ਨੇ ਛੋਟੇ ਬੱਚਿਆਂ ਦੇ, ਅਟੈਂਡੈਂਸ ਦੇ ਵਿੱਚ ਕੁਝ ਫਰਕ ਹੈ ਜਾਂ ਪਹਿਲਾਂ ਦੀ ਤਰ੍ਹਾਂ ਪੂਰੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਆ ਰਹੇ ਨੇ? ਸਰ ਹਜੇ ਪੂਰੀ ਤਾਂ ਨਹੀਂ ਹੋਈ ਹੈਗੀ ਜੀ, 70% ਹੋਈ ਆ ਜੀ, ਅਤੇ ਬਾਕੀ ਅਸੀਂ ਪੇਰੈਂਟਸ ਨੂੰ ਮੋਟੀਵੇਟ ਕਰ ਰਹੇ ਹਾਂ ਜੀ ਵੀ ਬੱਚੇ ਨੂੰ ਸਕੂਲ ਭੇਜਣ ਜੀ। ਅਤੇ ਮਤਲਬ ਇਹ ਪੇਰੈਂਟਸ ਦੇ ਮਨ ਦਾ ਡਰ ਹੈਗਾ ਜਾਂ, ਕਿਉਂਕਿ ਸਰਕਾਰ ਨੇ ਜੇ ਸਕੂਲ ਖੋਲ੍ਹਣ ਦਾ ਜਿਹੜਾ ਫੈਸਲਾ ਲਿਆ ਕੁਝ ਸੋਚ ਸਮਝ ਕੇ ਲਿਆ ਹੋਣਾ ਕਿ ਹੁਣ ਕਰੋਨਾ ਮਹਾਂਮਾਰੀ ਦਾ, ਕਿਉਂਕਿ ਉਹ ਦੌਰ ਨਹੀਂ ਰਿਹਾ ਇੰਨੀ ਤੇਜ਼, ਅਤੇ ਪੇਰੈਂਟਸ ਦੇ ਮਨ ਦੇ ਵਿੱਚ ਇੱਕ ਡਰ ਆ ਜਾਂ ਇਹ ਕਿਉਂ, ਇਹ ਕੀ ਕਾਰਨ ਤੁਸੀਂ ਇਹਦਾ ਮੰਨਦੇ ਹੋ ਬੱਚਿਆਂ ਦੀ ਘੱਟ ਹਾਜ਼ਰੀ? ਸਰ ਪੇਰੈਂਟਸ ਦੇ ਮਨ ਦੇ ਵਿੱਚ ਤਾਂ ਡਰ ਹੈਗਾ ਨਾ ਛੋਟੇ ਬੱਚਿਆਂ ਦੇ ਪ੍ਰਤੀ ਜੀ। ਚਲੋ ਫਿਰ ਵੀ ਪੇਰੈਂਟਸ ਨੂੰ ਅਸੀਂ ਮੋਟੀਵੇਟ ਕਰਾਂਗੇ ਵੀ ਉਹ ਬੱਚੇ ਨੂੰ ਸਕੂਲ ਭੇਜਣ, ਗੌਰਮੈਂਟ ਨੇ ਜੋ ਡਿਸੀਜ਼ਨ ਲਿਆ ਦੇਖ ਕੇ ਹੀ ਕੁਛ ਲਿਆ ਜੀ। ਅਤੇ ਇਹ ਸਨ ਇਸ ਕਲਾਸ ਦੇ ਮੈਡਮ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਪੇਰੈਂਟਸ ਨੂੰ ਹੋਰ ਮੋਟੀਵੇਟ ਕਰ ਰਹੇ ਹਾਂ ਕਿ ਵੱਧੋ ਵੱਧ ਗਿਣਤੀ ਦੇ ਵਿੱਚ ਬੱਚਿਆਂ ਨੂੰ ਆਪਣੇ ਨੂੰ ਸਕੂਲ ਭੇਜਣ। ਅਤੇ ਕਿਉਂਕਿ ਇੱਥੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਕਿ ਪ੍ਰੋਪਰ ਇੱਕ ਜਿਹੜੇ ਪ੍ਰਬੰਧ ਨੇ ਸੇਫਟੀ ਦੇ ਬੱਚਿਆਂ ਲਈ ਉਹ ਕੀਤੇ ਗਏ ਨੇ। ਅਤੇ ਆਓ ਜੀ ਚੱਲਦੇ ਹਾਂ ਹੁਣ ਅਗਲੀ ਕਲਾਸ ਦੇ ਵਿੱਚ। ਅਸੀਂ ਇੱਕ ਹੋਰ ਕਲਾਸ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੇ ਨਾਲ ਪਹੁੰਚੇ ਹਾਂ। ਇੱਥੇ ਵੀ ਦੇਖਦੇ ਹਾਂ ਕਿ ਕਿੱਦਾਂ ਸੋਸ਼ਲ ਡਿਸਟੈਂਸਿੰਗ ਨੂੰ ਜਿਹੜਾ ਮੇਨਟੇਨ ਆ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਆਓ ਜੀ ਚੱਲਦੇ ਹਾਂ ਕਲਾਸ ਦੇ ਅੰਦਰ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਪ੍ਰੋਪਰ ਇੱਕ ਬੈਂਚ ਦੇ ਉੱਪਰ ਜਿਹੜਾ ਸਿਰਫ ਇੱਕ ਸਟੂਡੈਂਟ ਜਿਹੜਾ ਬਿਠਾਇਆ ਗਿਆ, ਅਤੇ ਪ੍ਰੋਪਰ ਇੱਥੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਮੇਨਟੇਨ ਆ ਉਹਨੂੰ ਕਰਨ ਦੀ ਕੋਸ਼ਿਸ਼ ਜਿਹੜੀ ਸਕੂਲ ਪ੍ਰਬੰਧਕਾਂ ਵੱਲੋਂ ਜਿਹੜੀ ਕੀਤੀ ਗਈ ਆ। ਸਾਡੇ ਨਾਲ ਇਸ ਕਲਾਸ ਦੇ ਜਿਹੜੇ ਟੀਚਰ ਨੇ, ਜਿਹੜੇ ਮੈਡਮ ਇੱਥੇ ਸਟੱਡੀ ਕਰਵਾਉਂਦੇ ਨੇ, ਉਹ ਸਾਡੇ ਨਾਲ ਮੌਜੂਦ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ। ਆਓ ਜੀ, ਆਓ ਜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਕਲਾਸ ਦੇ ਮੈਡਮ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਮੈਡਮ ਕੀ ਨਾਮ ਆ ਤੁਹਾਡਾ? ਚਰਨਜੀਤ। ਮੈਮ ਇਹ ਜਿਹੜੀ ਕਲਾਸ ਹੈ ਕਿਹੜੀ ਕਿਹੜੀ ਕਲਾਸ ਹੈਗੀ ਆ? ਸੈਕਿੰਡ ਅਤੇ ਥਰਡ ਕਲਾਸ। ਇਹਨਾਂ ਦੇ ਅੱਜ ਕਾਫੀ ਟਾਈਮ ਦੇ ਬਾਅਦ, 8-9 ਮਹੀਨਿਆਂ ਦੇ ਬਾਅਦ ਜਿਹੜੇ ਸਕੂਲ ਨੇ ਉਹ ਲੱਗੇ ਨੇ, ਕਿਸ ਤਰ੍ਹਾਂ ਦੇ ਸੇਫਟੀ ਜਿਹੜੀ ਵਰਤੀ ਜਾ ਰਹੀ ਆ ਸਕੂਲ ਵੱਲੋਂ? ਦੇਖੋ, ਜਿਹੜੇ ਤੁਹਾਨੂੰ ਗੌਰਮੈਂਟ ਨੇ ਹਦਾਇਤਾਂ ਦਿੱਤੀਆਂ ਸੀਗੀਆਂ ਕੋਵਿਡ-19 ਦੇ ਦੌਰਾਨ, ਕਿ ਬੱਚਿਆਂ ਨੂੰ ਮਾਸਕ ਪਾ ਕੇ ਆਉਣਾ ਜਾਂ ਸੈਨੇਟਾਈਜ਼ਰ, ਜੋ ਵੀ ਸਰਕਾਰ ਨੇ ਸਾਨੂੰ ਹਦਾਇਤਾਂ ਦਿੱਤੀਆਂ ਨੇ, ਅਸੀਂ ਉਹਨਾਂ ਦਾ ਪੂਰਾ ਪਾਲਣ ਕੀਤਾ ਹੈ। ਅਤੇ ਮੈਮ ਇੱਥੇ ਜਿਹੜੇ ਕੁਝ ਪੇਰੈਂਟਸ ਨੇ ਆਪਣੇ ਮਨ ਦੇ ਵਿੱਚ ਹਲੇ ਵੀ ਡਰ ਬਿਠਾਈ ਬੈਠੇ ਨੇ ਕਿ ਇਸ ਬਿਮਾਰੀ ਦੇ ਵਿੱਚ ਅਸੀਂ ਕਿੱਦਾਂ ਆਪਣੇ ਬੱਚਿਆਂ ਨੂੰ ਨਹੀਂ ਸਕੂਲ ਭੇਜਣਾ ਚਾਹ ਰਹੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਉਹਨਾਂ ਨੂੰ ਮੀਨਿੰਗ ਅਸੀਂ ਬੁਲਾ ਕੇ ਦੱਸਾਂਗੇ ਕਿ ਸਾਡੇ ਸਕੂਲ ਦੇ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ, ਕੋਈ ਜਿਵੇਂ ਸੈਨੇਟਾਈਜ਼ਰ ਜਾਂ ਬੱਚਿਆਂ ਨੂੰ ਮਾਸਕ ਵਗੈਰਾ ਦੇ ਕੇ, ਮੀਨਿੰਗ ਅਸੀਂ ਉਹ ਤੋਂ ਪੂਰਾ ਉਹਨਾਂ ਦੀ ਸੰਭਾਲ ਕਰਾਂਗੇ। ਹਾਂਜੀ। ਅਤੇ ਮੈਮ ਇਹ ਜਿਹੜਾ ਸਕੂਲ ਆ, ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜਿਹੜੀ ਕਲਾਸਿਸ ਇਹ ਲਗਾਈਆਂ ਜਾ ਰਹੀਆਂ ਨੇ? ਇਹ ਸਾਡਾ 10 ਤੋਂ 3 ਵਜੇ ਤੱਕ ਜੀ। 10 ਵਜੇ ਤੋਂ ਲੈ ਕੇ ਦਰਸ਼ਕੋ 3 ਵਜੇ ਤੱਕ ਇਹ ਜਿਹੜੀਆਂ ਕਲਾਸਿਸ ਨੇ ਉਹ ਲਗਾਈਆਂ ਜਾ ਰਹੀਆਂ ਨੇ। ਤੁਸੀਂ ਨੇ ਸੁਣਿਆ ਇਸ ਕਲਾਸ ਦੇ ਮੈਡਮ ਨੂੰ, ਥੈਂਕ ਯੂ ਮੈਮ। ਅਤੇ ਅਸੀਂ ਹੁਣ ਚੱਲਦੇ ਹਾਂ ਕੁਝ ਅੱਗੇ ਜਿਹੜੇ ਸਕੂਲ ਦੇ ਪ੍ਰਬੰਧ ਨੇ ਉਹਨਾਂ ਤੱਕ। ਆਓ ਜੀ। ਸੋ ਦਰਸ਼ਕੋ, ਇਹ ਸਨ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਚਰਨਾਥਲ ਖੁਰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੱਕ ਸਕੂਲ ਦੇ ਪ੍ਰਬੰਧ, ਜਿਹੜੀਆਂ ਕਲਾਸਿਸ ਅੱਜ ਫਸਟ ਡੇ ਜਿਹੜੀਆਂ ਲੱਗੀਆਂ ਨੇ। ਤੁਸੀਂ ਦੇਖਿਆ ਕਿ ਮਾਸਕ ਵਗੈਰਾ ਦਾ ਅਤੇ ਗੌਰਮੈਂਟ ਦੀਆਂ ਜਿਹੜੀਆਂ ਹਦਾਇਤਾਂ ਦਾ ਪੂਰਾ ਪਾਲਣ ਇੱਥੇ ਕੀਤਾ ਗਿਆ ਸਕੂਲ ਪ੍ਰਬੰਧਕਾਂ ਵੱਲੋਂ। ਸਾਡੀ ਪ੍ਰਾਈਡ ਪੰਜਾਬ TV ਦੀ ਟੀਮ ਵੀ ਇਹੀ ਅਪੀਲ ਕਰਦੀ ਆ ਸਾਰੇ ਪੇਰੈਂਟਸ ਨੂੰ ਕਿ ਡਰ ਦਾ ਇੱਥੇ ਕੋਈ ਮਾਹੌਲ ਨਹੀਂ, ਅਤੇ ਤੁਸੀਂ ਵੱਧੋ ਵੱਧ ਗਿਣਤੀ ਦੇ ਵਿੱਚ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਭੇਜੋ, ਤਾਂ ਕਿ ਉਹਨਾਂ ਦੀ ਪੜ੍ਹਾਈ ਦੇ ਉੱਪਰ ਹੋਰ ਜ਼ਿਆਦਾ ਉਹਨਾਂ ਦਾ ਜਿਹੜਾ ਨੁਕਸਾਨ ਨਾ ਹੋਵੇ। ਤੁਸੀਂ ਦੇਖ ਰਹੇ ਸੀ ਪ੍ਰਾਈਡ ਪੰਜਾਬ TV ਤੋਂ ਸੰਸਾਰਦੀਪ ਸਿੰਘ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਸਾਰਦੀਪ ਸਿੰਘ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ TV। ਅੱਜ ਕਰੋਨਾ ਕਾਲ ਤੋਂ ਬਾਅਦ ਜਿਹੜੇ 1 ਫਰਵਰੀ ਤੋਂ ਸਕੂਲ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਫਸਟ, ਸੈਕਿੰਡ ਔਰ ਥਰਡ ਕਲਾਸ ਦੇ ਬੱਚਿਆਂ ਦੇ, ਉਹ ਸਕੂਲ ਜਿਹੜੇ ਖੋਲ੍ਹੇ ਗਏ ਨੇ। ਅਤੇ ਜਿਹੜੇ
उस तो पहला स्कूल सीगे 9th 10th 11th 12th दे वह काफ़ी कुछ तकरीबन 20 दिन पहला जिहड़े खोल दिते गए सी। इस संबंध दे विच असीं तैयारियां दा जायजा लैण वास्ते अज खड़े हाँ जी पिंड चरनाथल खुरद दे DAV स्कूल दे विच। ते असीं देखना चाहुंदे असीं इह जायजा लैणा चाहुंदे हाँ कि क्योंकि करोना काल तो बाद तकरीबन 10 महीनों बाद स्कूल जिहड़े ने खुले ने, असीं देखदे हाँ कि आओ जी देखदे हाँ कि तैयारियां किदां ने, सैनेटाइजर का प्रबंध किदां है, ते अपना जिहड़ा सोशल डिस्टेंसिंग दा स्कूल दे विच किदां ख्याल रख्या गया है। आओ जी चलदे हां स्कूल दे अंदर गल करदे हां कुछ टीचर साहिबान दे नाल ते कुछ स्टूडेंट्स दे नाल भी आपां गल करन दी जिहड़ी कोशिश आ उह करांगे। तुसीं देख सकदे इस टाइम असीं खड़े हां इस स्कूल दे DAV स्कूल पिंड चरनाथल खुरद दे ग्राउंड दे विच। इत्थे पहलां कुछ स्टूडेंट्स जिहड़े ने उह खेड रहे सीगे क्योंकि काफ़ी टाइम दे बाद जिहड़े स्कूल अपने पहुँचे ने, ते पर प्रिंसीपल साहब का कहना है कि कुछ प्रिकॉशनस कुछ क्योंकि इस महामारी के बाद स्कूल लगे कुछ सोशल डिस्टेंसिंग ध्यान दे विच रखते हुए हले ग्राउंड दे विच जिहड़ी स्टूडेंट्स की एंट्री वो एक लिमिटेड रखी गई आ। ते प्रिंसीपल साहब सामने मौजूद ने, ते आपां कोशिश करदे हां उन्हां दे कुछ विचार जिहड़े इस स्कूल बारे लैण दी। साडे नाल इस टाइम मौजूद ने DAV स्कूल पिंड चरनाथल खुरद डिस्ट्रिक्ट फतेहगढ़ साहब के प्रिंसीपल साहब। उन्हां तों असीं जाणदे हां कि उन्हां दीआं इस करोना काल तो बाद जिहड़े छोटे बच्चियां दे अज स्कूल लगे ने उन्हां उस संबंध दे विच की उन्हां दीआं तैयारियां ने, की सेफ्टी प्रिकॉशनस क्योंकि बहुत जरूरी ने बच्चियां लई, की सोशल डिस्टेंसिंग दा ध्यान किस तरह रख्या गया है। आओ जी गल करदे हां प्रिंसीपल साहब दे नाल। सति श्री अकाल सर। सति श्री अकाल जी सर, बहुत जी आया नूं। सब तो पहले तो तुसीं सैनिटाइजर ते यूज करके, ते दर्शकों तुसी देख सकते हो कि प्रिंसीपल साहब ने साडे भी स्कूल दे विच एंट्री तो पहला जिहड़ा सैनेटाइजर साडे हाथ जिहड़े ने करवाए ने, ते हुण इन्हां तों जाणदे हां कि बच्चियां लई इन्हां दे की सिक्योरिटी दे अरेंजमेंट हैगे ने। सर आप जी दा नाम? मैं पंकज कौशिक, DAV पब्लिक स्कूल चनारथल खुर्द का प्रिंसिपल। आज आपका स्वागत करता हूँ जी आयां नूं इत्थे स्कूल आने पर। सर जिहड़ा ये तकरीबन 8-10 महीनों के बाद बच्चों के जिहड़े स्कूल ने खोले गए ने क्योंकि इतनी महामारी जिहड़ी चल रही सी, उस संबंध दे विच की कहना चाहोगे की सिक्योरिटी दे इंतजाम इस स्कूल दे विच आप वल्लों कीते गए ने? सब तो पहले तो ये बड़ी खुशी की गल है कि कोरोना के महामारी के बाद आज पहली बार हमें भी बहुत अच्छा लगा बच्चे स्कूल आए ने। लेकिन पंजाब सरकार के सेंट्रल गवर्नमेंट के जो दिशा निर्देश हैं, खासकर हमारी DAV कॉलेज मैनेजिंग कमेटी नई दिल्ली के जो दिशा निर्देश हैं जी, उनको ध्यान रखते हुए आज बच्चों को स्कूल बुलाया गया है जी। सब तो पहले तो बच्चों के पेरेंट्स से परमिशन ली गई है, एक रिटर्न कंसेंट ली गई है। ओके। जिन बच्चों की रिटर्न कंसेंट आ गई है वो सब बच्चे स्कूल में आज उपस्थित ने। कुछ एक दो पेरेंट्स की जिनकी कंसेंट नहीं आई है उनको फ़ोन से कह दिया गया है और वो बच्चा छोड़ के गए हैं या कल वो अपनी कंसेंट भेज देंगे। सर जो मतलब पेरेंट्स परमिशन जिहड़ी कंपलसरी जिहड़ी पंजाब सरकार वालों और भारत सरकार वालों की गई आ, तो कुछ पेरेंट्स के रिपोर्ट्स आ रही कि डर का माहौल भी हैगा भी इदा भी बीमारी के अपने छोटे बच्चों को किस तरह स्कूल भेजिए, उस बारे तुसी की कहना चाहोगे? देखो डर का माहौल भी सच्चा है, इसमें कोई बात नहीं, लेकिन एक दो दिन में जब बच्चे स्कूल आएंगे, हमारी सुरक्षा इंतजाम देखेंगे, बच्चों की पढ़ाई देखेंगे, तो उन पेरेंट्स को भी हमें पूरा विश्वास है कि उनके मन से भी डर निकलेगा। वैसे अब डर निकल जाना चाहिए क्योंकि अब कोरोना का वो प्रकोप नहीं है और उसके अलावा अब तो वैक्सीनेशन भी आ गई है जी। तो इसलिए वो डर की तो बात नहीं है, पर फिर भी एक दो दिन में वो डर भी ख़त्म हो जाएगा और बच्चे रूटीन में आने शुरू करेंगे। आज बच्चों की संख्या थोड़ी कम जरूर है पर एक दो दिन में बच्चे की संख्या पूरी हो जाएगी। सर छोटे बच्चों के जोड़े स्कूल ने तो चलो 1 फरवरी तो जोड़े स्टार्ट हुए ने, 9th 10th 11th वगैरह के जोड़े स्कूल ने पेल तो हो चुके ने, काफ़ी स्कूल्स के जोड़े केस आए हैं करोना केसिज पॉजिटिव टीचर्स भी आए हैं स्टूडेंट्स भी आए हैं, इस स्कूल के हले तक कोई इदा का केस आया ज नहीं? ये बाबा बीरमदास जी की कृपा कहिए, परमात्मा का आशीर्वाद और उसकी कृपा कहिए कि हमारे बच्चे 5th to 12th के बच्चे थे जिनके बोर्ड एग्जामिनेशन थे, उनके हमने प्री बोर्ड एग्जामिनेशन भी लिए हैं, लेकिन अभी तक कोई भी ऐसा कोई केस क्या कोई सिम्टम्स भी अभी तक नहीं आए। सारे पेरेंट्स सारे बच्चे और सब लोग इस स्कूल के प्रति पूरी तरह से समर्पित हैं, परमात्मा की कृपा का धन्यवाद है कि अभी तक ऐसी कोई सूचना हमारे पास नहीं है।
सैनेटाइजर इस टाइम दे विच बहुत जरूरी एक मन्या गया है। तो स्कूल क्योंकि बच्चों की पेरेंट्स नूं हुंदा कि साडे बच्चे की जिंदगी का यह मामला है, जे उन्हां नूं कोई इदां दा कोई इफेक्ट हो जाता तो उन्हां दी सेहत पर असर पेगा, कि स्कूल नूं सैनेटाइजर किया जाता प्रॉपर किन्ने टाइम बाद किया जाता है? आपके सामने जब आपने एंट्री की, यहाँ एंट्री गेट पर भी मैंने सैनिटाइजर रखा है जी। हर एक पेरेंट्स आता है, बच्चा आता है, सैनिटाइजर है। इसके अलावा हमारे पास सैनिटाइजर का स्प्रे करते हैं, वो दिखा सकते हैं आप। उसकी पूरे स्कूल में ड्यूटी है कि वो ऐसे ही पूरी क्लास को, पूरे बच्चों को, पूरी असेंबली को और सबको ऐसे ही हर घंटे बाद सैनिटाइज करता है। और हमारे पास सैनिटाइजर की पूरी व्यवस्था है, मास्क की पूरी व्यवस्था है और गाइडलाइंस हैं डीएवी कॉलेज मैनेजिंग कमेटी की भी, उनके अकॉर्डिंगली हम स्कूल चला रहे हैं। तो दर्शकों तुसी सुन सकते हो प्रिंसीपल साहब नूं जिन्हां दा कहना है कि सैनिटाइजर की पूरी व्यवस्था जिहड़ी डीएवी स्कूल दे विच बच्चियां लई कीती गई आ, ते होर मास्क वगैरह भी कंपलसरी जिहड़े कीते गए ने। कोई मालक की कृपा ये दसते हैं कि हले तक कोई भी करोना पॉजिटिव केस इस स्कूल दे विच नहीं आया। सर की तुसी सानू एक स्कूल का टूर जिहड़ा करवा सकते हो? हाँ क्यों नहीं, आओ जी हुण चलदे आपां प्रिंसीपल साहब दे नाल एक इस स्कूल दे ग्राउंड दे उपर। असी इस टाइम पहुँचे हाँ एल के जी क्लास प्रिंसीपल साहब दे नाल, ते आजो जी अंदर देखते हैं किदां दे इंतजाम जिहड़े ने स्कूल दे विच कीते गए ने। तुसी देख सकते हो कि एक कुर्सी दे उपर जिहड़ा एक बच्चा सिर्फ बिठाया गया है। देख सकते हो पूरा सोशल डिस्टेंसिंग का जिहड़ा ख्याल है इस स्कूल दे विच रख्या गया है। ते मैडम भी इत्थे पढ़ा रहे ने, आपां गल करन दी कोशिश उन्हां नाल भी करदे आं। मैडम इस क्लास दे साडे नाल मौजूद ने, उन्हां तों भी आपां जानन दी कोशिश करदे आं। सति श्री अकाल मैडम। सति श्री अकाल मैडम, आप जी दा नाम? Yes, Jyoti, my name is Jyoti. Jyoti, Jyoti ma'am, te tusi kidda matlab dekhde ho corona kaal to baad jab first day jehde bacche ne oh school aaye ne? First day bacche very happy, but thoda ja sanu bahut dhyan rakhna payega bachyan de vaste, inade health sehat vaste, but is very happy in this school. Okay, te attendance da vi effect hai corona to baad, kyunki 8-10 mahinyan de baad bacche aaye ne, te parents de vich dar vi paya gaya hai ke corona to baad, unna nu ki message dena chahoge parents nu? पेरेंट्स नूं ये है कि तुसी प्रिकॉशन तो है ही है, हुण जद तक वैक्सीन चलो नहीं आती, बट अपने वालों पूरा हम असी ध्यान देवांगे बच्चों वास्ते भी। तुसी भी घर बहुत ध्यान रखना है, मास्क जला के रखो, हैंड वॉश नीटली करवाना है, सैनिटाइज यूज करना है। बहुत बहुत थैंक यू मैम। लगते हो कि सोशल डिस्टेंसिंग का पूरा ख्याल इस दे विच रख्या गया। आपां चलदे हां जी हुण नैक्सट क्लास दे विच। तुसी देख सकते हो असी हुण अगली क्लास दे विच पहुंचे हां, ये यूके जी क्लास जिहड़ी, इत्थे भी पूरा सोशल डिस्टेंसिंग का जिहड़ा ख्याल है रख्या गया। छोटे छोटे बच्चे पूरा एक कुर्सी के उपर जिहड़ा सिर्फ एक बच्चे नूं जिहड़ा बिठाया गया प्रॉपर। इस क्लास के मैडम भी साडे नाल मौजूद ने, गल करन दी कोशिश उन्हां दे नाल करदे आं। सति श्री अकाल मैम। मैडम थोड़ा नाम जी? मेरा नाम पूजा बंदू। पूजा मैम, किस तरह के अरेजमेंट्स जिहड़े, क्योंकि छोटे बच्चों का जिहड़े अज पहली बार स्कूल काफ़ी टाइम तो बाद लगे ने, किस तरह के अरेजमेंट्स जिहड़े स्कूल दे विच कीते गए ने? सर एक तो प्रॉपर डिस्टेंस मेनटेन किया गया, मास्क प्रेयर करन दे लई मास्क दी इंस्ट्रक्शन दी गई है जी। बाकी पूरा ध्यान रखा जा रहा बच्चे का, हैंड वॉश वगैरह ठीक है सारा। हाँ जी। तो इत्थे जी क्लासिस वगैरह नूं सैनिटाइजर रोज किया जाता या डेली किया जाता? दो तीन बार कर दिता जाता, एक दिन दे विच दो तीन बार। हाँ जी ठीक है जी। और मैम काफ़ी पेरेंट्स ने जिन्हां दीआं कंप्लेंट्स ने, क्योंकि काफ़ी बच्चे भी इफेक्ट हुए ने करोना के काफ़ी स्कूल्स दे विच, ते उन्हां दे मन दे विच एक डर पाया गया कि साडे बच्चे नूं असीं इदां मतलब इसी महामारी दे विच किस तरह भेज दीए स्कूल दे विच, उन्हां नूं की मैसेज देना चाहोगे? मैं यही देना चाहूँगी, वैसे स्कूल दे विच साडे वल्लों पूरा प्रबंध किया जा रहा है, कोई ऐसी गल नहीं, असीं भी पूरा ध्यान रख रहे बच्चों की डिस्टेंस दे विच भी। पेरेंट्स नूं मैं यही कहना चाहूँगी भी कोई साडे वल्लों इस तरह की असावधानी नहीं होएगी, क्योंकि साडे प्रिंसीपल सर जिहड़े पहला इस चीज़ नूं बहुत इंस्ट्रक्शन साडे समझाइया भी जा रही और असीं पेरेंट्स नूं दित्तियां भी है। तो दर्शकों सन पूजा मैडम जिन्हों का कहना कि पूरी प्रिकॉशनस इस छोटे बच्चों वरतिया जा रही ने, तो पेरेंट्स में भी इन्हों की यही अपील है कि वो गिणती दे अपने बच्चों बिना किसी डर तो स्कूल के जड़ा भेजा जाए, स्कूल वालों कोई भी यह जी असावधानी जी नहीं वरती जाऊगी। असी डी ए वी स्कूल पिंड चरनाथल खुरद मौजूद हाँ जी,
ਅਤੇ ਇੱਕ ਪ੍ਰਿੰਸੀਪਲ ਸਾਹਿਬ ਦੇ ਨਾਲ, ਕੌਸ਼ਿਕ ਸਾਹਿਬ ਦੇ ਨਾਲ ਅਸੀਂ ਇੱਕ ਇਸ ਸਕੂਲ ਦਾ ਜਿਹੜਾ ਟੂਰ, ਇਹਦੇ ਸੇਫਟੀ ਪ੍ਰੀਕੋਸ਼ਨਸ ਦਾ ਜਿਹੜਾ ਇੱਕ ਮੁਆਇਨਾ ਉਹ ਕਰ ਰਹੇ ਹਾਂ। ਅਤੇ ਇਸੇ ਸੰਬੰਧ ਦੇ ਵਿੱਚ ਅਸੀਂ ਪਹੁੰਚੇ ਹਾਂ ਇਸ ਸਕੂਲ ਦੇ ਐਕਟੀਵਿਟੀ ਰੂਮ ਦੇ ਵਿੱਚ, ਜਿੱਥੇ ਮੈਡਮ ਕੁਝ ਕਲਾਸ ਦੇ ਬੱਚਿਆਂ ਦੇ ਨਾਲ ਮੌਜੂਦ ਨੇ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਕੁਝ ਐਕਟੀਵਿਟੀ ਕਰਵਾ ਰਹੇ ਨੇ। ਆਓ ਜੀ ਕਰਦੇ ਹਾਂ ਮੈਡਮ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮੈਮ। ਮੈਮ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਪਰਵਿੰਦਰ ਕੌਰ ਜੀ। ਮੈਡਮ ਕਿਹੜੇ ਸਬਜੈਕਟ ਦੇ ਟੀਚਰ ਹੋ ਤੁਸੀਂ? ਮੈਂ ਇੱਥੇ ਮਿਊਜ਼ਿਕ ਟੀਚਰ ਹਾਂ ਜੀ। ਮਿਊਜ਼ਿਕ ਟੀਚਰ, ਅਤੇ ਤੁਸੀਂ ਦੇਖ ਸਕਦੇ ਹੋ ਕਿ ਮੈਡਮ ਜਿਹੜੇ ਮਿਊਜ਼ਿਕ ਟੀਚਰ, ਬੱਚੇ ਅਟੈਂਡੈਂਸ ਥੋੜ੍ਹੀ ਘੱਟ, ਪ੍ਰਿੰਸੀਪਲ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਕਿ ਥੋੜ੍ਹੀ ਅਟੈਂਡੈਂਸ ਘੱਟ ਆ ਬਿਮਾਰੀ ਤੋਂ ਬਾਅਦ। ਜਿਹੜੀ ਪ੍ਰੀਕੋਸ਼ਨਸ ਤੁਸੀਂ ਦੇਖ ਸਕਦੇ ਹੋ, ਬੱਚੇ ਇਕੱਲੇ ਬੱਚੇ ਦੇ ਮਾਸਕ ਜਿਹੜਾ ਲਗਾਇਆ ਗਿਆ। ਅਤੇ ਮੈਮ ਕਿਸ ਤਰ੍ਹਾਂ ਦੀ ਕਿਹੜੀ ਕਲਾਸ ਹੈਗੀ ਇਹ ਜਿਹੜੀ ਬੱਚੇ ਹੈਗੇ? ਇਹ ਜੀ ਪ੍ਰੀ ਪ੍ਰਾਇਮਰੀ ਕਲਾਸ ਹੈ ਜੀ। ਓਕੇ ਜੀ, ਫਸਟ ਕਲਾਸ। ਅਤੇ ਮੈਮ ਅਟੈਂਡੈਂਸ ਇੰਨੀ ਘੱਟ ਰਹਿਣ ਦਾ ਕਿਆ ਕਾਰਨ ਮੰਨਦੇ ਹੋ, ਰੀਜ਼ਨ ਮੰਨਦੇ ਹੋ? ਡਿਊ ਟੂ ਕੋਵਿਡ। ਓਕੇ ਓਕੇ ਜੀ, ਛੋਟੇ ਬੱਚੇ ਹੋਣ ਕਰਕੇ ਪੇਰੈਂਟ ਥੋੜ੍ਹਾ ਅਵਾਇਡ ਕਰਦੇ ਨੇ। ਹਾਂਜੀ ਮੈਮ, ਜਦੋਂ ਕਿਉਂਕਿ ਅੱਜ ਫਸਟ ਡੇ, ਫਸਟ ਸੈਕਿੰਡ ਥਰਡ ਦਾ ਜਿਹੜਾ ਸਕੂਲ ਲੱਗਿਆ, ਪੇਰੈਂਟਸ ਦੇ ਵਿੱਚ, ਮੈਂ ਪ੍ਰਿੰਸੀਪਲ ਸਾਹਿਬ ਨਾਲ ਵੀ ਇਹੀ ਗੱਲ ਕੀਤੀ ਸੀ ਕਿ ਪੇਰੈਂਟਸ ਦੇ ਵਿੱਚ ਇੱਕ ਡਰ ਪਾਇਆ ਗਿਆ ਕਿ ਅਸੀਂ ਨਹੀਂ ਬੱਚੇ ਨੂੰ ਭੇਜਣਾ ਹੈਗਾ। ਗਲਤ ਪ੍ਰਚਾਰ ਵੀ ਕੁਛ ਇਸ ਤਰ੍ਹਾਂ ਦਾ ਹੋ ਰਿਹਾ ਕਿ ਬਿਮਾਰੀ ਪਤਾ ਨਹੀਂ ਕੀ ਹੋ ਜਾਊਗਾ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਆਪਣੀ ਪ੍ਰੀਕੋਸ਼ਨਸ ਦੇ ਨਾਲ ਬੱਚਿਆਂ ਦੀ ਸਟੱਡੀ ਨੂੰ ਰੈਗੂਲਰ ਰੱਖਿਆ ਜਾਵੇ ਤਾਂ ਜੋ ਬੱਚਿਆਂ ਦਾ ਸਾਲ ਖਰਾਬ ਨਾ ਹੋਵੇ। ਅਤੇ ਮੈਮ ਹੋਰ ਜਿਹੜੇ ਕਲਾਸਿਸ ਨੇ ਇੱਥੇ ਪ੍ਰੋਪਰ, ਮਤਲਬ ਸ਼ੁਰੂ ਕਾਫੀ ਟਾਈਮ ਤੋਂ ਲੱਗ ਰਹੀਆਂ ਨੇ, ਪਹਿਲਾਂ ਔਨਲਾਈਨ ਸਟੱਡੀ ਵੀ ਜਿਹੜੀ ਕਰ ਰਹੇ ਸੀ, ਔਨਲਾਈਨ ਸਟੱਡੀ ਅਤੇ ਇੱਥੇ ਵਾਲੀ, ਮਤਲਬ ਜੋ ਸਕੂਲ ਦੇ ਵਿੱਚ ਆ ਕੇ ਬੱਚੇ ਉਸੇ ਇੰਟਰਸਟ ਦੇ ਨਾਲ ਜਿਹੜਾ ਪੜ੍ਹ ਰਹੇ ਨੇ, ਜਾਂ ਕੁਛ ਉਹਨਾਂ ਨੂੰ ਹੈ ਕਿ ਹਲੇ ਅਸੀਂ ਔਨਲਾਈਨ ਸਟੱਡੀ ਕੰਟੀਨਿਊ ਕਰੀਏ? ਨਹੀਂ ਜੀ, ਔਨਲਾਈਨ ਸਟੱਡੀ ਅਤੇ ਔਫਲਾਈਨ ਸਟੱਡੀ 'ਚ ਬਹੁਤ ਫਰਕ ਹੈ। ਬਟ ਬੱਚੇ ਇੰਟਰਸਟਿਡ ਜ਼ਿਆਦਾ ਔਫਲਾਈਨ ਪੜ੍ਹਨ 'ਚ ਨੇ, ਕਿਉਂਕਿ ਜੋ ਫਿਜ਼ੀਕਲੀ ਸਮਝ ਸਕਦੇ ਨੇ ਟੀਚਰ ਤੋਂ ਪੁੱਛ ਸਕਦੇ ਨੇ, ਔਨਲਾਈਨ ਇੰਨਾ ਜ਼ਿਆਦਾ ਨਹੀਂ ਹੈ। ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਕਿ ਬੱਚੇ ਸਕੂਲ ਆਉਣਾ ਚਾਹੁੰਦੇ ਨੇ, ਕਿ ਪੇਰੈਂਟਸ ਨੂੰ, ਜੇ ਪੇਰੈਂਟਸ ਉਹਨਾਂ ਨੂੰ ਅਲਾਓ ਕਰਨ ਤਾਂ ਬੱਚੇ ਕਲਾਸਿਸ ਆਪਣਾ ਲਗਾਉਣ ਨੂੰ ਤਿਆਰ ਬੈਠੇ? ਹਾਂਜੀ, ਬੱਚੇ ਬਿਲਕੁਲ ਆਉਣਾ ਚਾਹੁੰਦੇ ਨੇ, ਜੇ ਪੇਰੈਂਟਸ ਅਲਾਓ ਕਰਦੇ ਨੇ ਤਾਂ ਉਹ ਲਗਾਉਣਗੇ ਸਕੂਲ। ਅਤੇ ਦੋਸਤੋ, ਇਹ ਸਨ ਡੀ ਏ ਵੀ ਸਕੂਲ ਦੇ ਮੈਡਮ, ਜਿਨ੍ਹਾਂ ਦਾ ਕਹਿਣਾ ਕਿ ਜਲਦੀ ਪੇਰੈਂਟਸ ਨੂੰ ਛੇਤੀ ਤੋਂ ਛੇਤੀ ਭੇਜਣਾ ਚਾਹੀਦਾ। ਅਤੇ ਇਹ ਸੀਗੀ ਜੀ ਸੰਸਾਰਦੇਵ ਸਿੰਘ ਦੀ, ਡੀ ਏ ਵੀ ਸਕੂਲ ਪਿੰਡ ਚਨਾਥਲ ਖੁਰਦ ਤੋਂ, ਪ੍ਰਾਈਡ ਪੰਜਾਬ ਟੀ ਵੀ ਦੇ ਲਈ ਰਿਪੋਰਟ।